वाहेगुरु जी की फतेह। आज दी ये प्रेस कॉन्फ्रेंस अचेचे तौर पर 3 दिन तो लगातार एक चर्चा चल रही थी। भगवंत मान जी मुख्यमंत्री पंजाब उन्हां वल्लों एक ट्वीट करके ਇਹ ਕਿਹਾ ਗਿਆ ਸੀ ਕਿ 1920 June 2023 ਨੂੰ ਅਸੈਂਬਲੀ ਦੇ ਵਿੱਚ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਮਤਾ ਲੈ ਕੇ ਆਵਾਂਗੇ। ਉਹ ਤੇ ਕੱਲ ਫਿਰ ਉਹਨਾਂ ਨੇ ਇੱਕ ਟਵੀਟ ਕਰਕੇ ਕਿਹਾ ਕਿ ਕੈਬਨਿਟ ਨੇ ਪਾਸ ਕਰ ਦਿੱਤਾ ਤੇ ਅਸੀਂ ਕੱਲ ਨੂੰ ਇਹ ਮਤਾ असैम्बली दे विच लै के आवांगे। मैं थानू ये तां कह रहा कि काली की पै गई सी 20 June ने चुन दी इन्नी की काली सी, जबकि असी अपनी सब कमेटी बना के उहदियां 3 मीटिंगां करके मैं लगभग वो फाइनल भी कर लिया सी कि श्री अकाल तख्त साहब दी दिशा निर्देश ते मौके दे हालातां नूं देखदे हुए साब कमेटी ने बहुत सारियां सिफारशां इहदे संबंध विच कर दित्तियां सी कि आउण वाला समां 21 July तों बाद आपां इह सिस्टम किवें चलाउणा। सो 1 महीना पहलां एडी काली दे विच इह अमेंडमेंट ते इहनूं एक्ट नूं पंजाब विच लागू करके की काली पई सी कि श्रोमणी गुरद्वारा प्रबंधक कमेटी दा 1 महीने दा जिहड़ा ਉਹ ਫੈਸਲੇ ਨੂੰ ਉਲੀਕਿਆ ਨਹੀਂ ਗਿਆ। ਉਹਦੇ ਪਿੱਛੇ ਕਾਰਨ ਇਹ ਸੀ ਕਿ ਉਹ ਪੰਜਾਬ ਦੇ ਲੋਕਾਂ ਨੂੰ, ਖਾਸ ਕਰਕੇ ਸਿੱਖਾਂ ਨੂੰ, ਜਿਹੜੇ ਵੀ ਬਹੁਤ ਵਾਰੀ ਮੈਂ ਸਮਝਦਾ ਚੱਸ ਕੇ ਲੈਂਦੇ ਆ, ਪਰ ਇਹ ਨਹੀਂ ਪਤਾ ਵੀ ਇਹ ਕੰਡੇ ਬੀਜੇ ਆਪਣੇ ਪੈਰਾਂ ਦੇ ਵਿੱਚ ਲੱਗਣਗੇ। ਉਹ ਇਸ ਕਰਕੇ ਕਾਹਲੀ ਕੀਤੀ ਕਿ ਕਿਤੇ 21 July ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੰਘ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਆਪਣੇ ਤੌਰ 'ਤੇ ਕੋਈ ਫੈਸਲਾ ਨਾ ਲੈ ਲੈ ਜਿਹੜਾ ਲੋਕਾਂ ਦੇ ਵਿੱਚ ਚੰਗੀ ਛਵੀ ਬਣਾਵੇ। ਸੋ ਇਸ ਕਰਕੇ ਕਾਹਲੀ ਕਰ ਲਈ ਕਿ ਸ਼੍ਰੋਮਣੀ ਕਮੇਟੀ ਤੋਂ ਪਹਿਲਾਂ ਹੀ ਮੈਂ ਜਿਹੜਾ ਇਹ ਫੈਸਲਾ ਕਰ ਲਵਾਂ ਤਾਂ ਕਿ ਲੋਕਾਂ ਦੀ ਕਚਹਿਰੀ ਦੇ ਵਿੱਚ ਮੈਂ ਕਹਾਂ ਕਿ ਮੈਂ ਲਾਗੂ ਕਰਵਾਇਆ। ਸੋ ਜਿਹੜਾ ਉਹਨਾਂ ਨੇ ਅੱਜ ਉੱਥੇ ਕੀਤਾ, ਇਹ ਮੈਂ ਸਮਝਦਾ ਪੰਜਾਬ ਦੇ ਵਿੱਚ ਅਤੇ ਸਿੱਖ ਪੰਥ ਦੇ ਵਿੱਚ ਕਾਲੇ ਅੱਖਰਾਂ 'ਚ ਲਿਖਿਆ ਜਾਣ ਵਾਲਾ ਇਤਿਹਾਸ ਆ, ਕਾਲੇ ਅੱਖਰਾਂ 'ਚ ਲਿਖਿਆ ਜਾਊਗਾ। ਜਦ ਸਾਡੇ ਬਜ਼ੁਰਗਾਂ ਨੇ ਐਕਟ ਬਣਾਇਆ ਅਤੇ 1920 ਤੋਂ ਲੈ ਕੇ 25 ਤੱਕ ਅਡਹੋਕ ਕਮੇਟੀ ਚੱਲੀ ਅਤੇ ਉਸ ਵੇਲੇ ਜਿਹੜੀ ਅਡਹੋਕ ਕਮੇਟੀ ਬ੍ਰਿਟਿਸ਼ ਸਰਕਾਰ ਨੇ ਬਣਾਈ ਸੀ ਉਹ ਮੰਨੀ ਨਹੀਂ ਸੀ ਸਾਡੇ ਬਜ਼ੁਰਗਾਂ ਨੇ। ਆਪਣੀ ਕਮੇਟੀ ਬਣਾ ਕੇ 5 ਸਾਲ ਚੱਲਦੀ ਰਹੀ। 1925 ਦਾ ਐਕਟ ਬਣਿਆ, 1925 ਦੇ ਐਕਟ ਵਿੱਚ ਕੋਈ ਛੇੜਛਾੜ ਨਹੀਂ ਹੋਈ। ਕੇਵਲ ਇੱਕ ਵਾਰ 1942 ਦੇ ਵਿੱਚ ਉਸ ਵੇਲੇ ਜਿਹੜੇ ਸਰਦਾਰ ਬਲਦੇਵ ਸਿੰਘ ਅਕਾਲੀ ਦਲ ਵੱਲੋਂ ਅਤੇ ਸਿਕੰਦਰ ਹਯਾਤ ਖਾਂ ਉਸ ਵੇਲੇ ਦੇ ਜਿਹੜੇ ਉਸ ਬ੍ਰਿਟਿਸ਼ ਸਰਕਾਰ ਦੇ ਕਰਤਾ ਧਰਤਾ ਸੀ, ਉਹਨਾਂ ਦੇ ਵਿੱਚ ਬੈਠ ਕੇ ਗੱਲ ਹੋਈ ਕਿ ਜੇ ਕੋਈ ਇਹਦੇ ਵਿੱਚ ਕਿਸੇ ਪੱਖ ਵੇਲੇ ਕੋਈ ਤਰਮੀਮ ਜਾਂ ਸੋਧ ਕਰਨੀ ਹੋਵੇ ਤਾਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਾਊਸ ਜਿਹੜਾ ਉਹ ਪਹਿਲਾਂ ਅਪਰੂਵ ਕਰਕੇ ਦੇਵੇ, ਕਿਉਂਕਿ ਇਸ ਮੁਲਕ ਦੇ ਵਿੱਚ ਕਿਸੇ ਵੇਲੇ ਕਸਟਮ ਵੀ ਪ੍ਰਵੇਲ ਕਰਦੀ ਰਹੀ, ਕਾਨੂੰਨ ਤੋਂ ਵੱਡਾ ਕਸਟਮ ਨੂੰ ਵੀ ਰਾਈਟ ਰਿਹਾ ਅਤੇ ਕਸਟਮ ਸਾਡੇ ਹੁੰਦੇ ਸੀ ਵੀ ਕਸਟਮ ਪ੍ਰਵੇਲ 'ਚ ਪਾਉਣ ਲਾ, ਉਸ ਵੇਲੇ ਕਸਟਮ ਨੂੰ ਵੀ ਵੱਡਾ ਇਹ ਰੁਤਬਾ ਸੀ ਕਾਨੂੰਨ ਤੋਂ ਵੀ ਵੱਡਾ, ਜਿਹੜਾ ਆਪਾਂ ਮਾਸਟਰ ਤਾਰਾ ਸਿੰਘ ਜੀ ਪੰਡਿਤ ਜਵਾਹਰ ਲਾਲ ਨਹਿਰੂ ਪੈਕਟ ਕਹਿੰਦੇ ਹਾਂ, ਇਹ ਵੀ ਉਹਦੇ ਵਿੱਚ ਇੱਕ ਸ਼ੁਰੂਆਤ ਸੀ। ਕਿਉਂਕਿ ਪਾਰਟੀਸ਼ਨ ਤੋਂ ਬਾਅਦ ਇਸ ਮੁਲਕ ਦੇ ਵਿੱਚ ਉਸ ਵੇਲੇ ਸਾਂਝਾ ਪੰਜਾਬ ਸੀ ਵੀ ਜੇ ਕਿਸੇ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕੁਛ ਲਾਗੂ ਕਰਨਾ ਪੈ ਜਾਵੇ ਕਿਉਂਕਿ ਭਾਰਤ ਆਜ਼ਾਦ ਹੋ ਗਿਆ, ਉਹਨੂੰ ਕਿਵੇਂ ਕੀਤਾ ਜਾਵੇ, ਉਹਦੀ ਵੀ ਸ਼ੁਰੂਆਤ ਇਸ ਜਿਹਨੂੰ ਤਾਰਾ ਸਿੰਘ ਪੰਡਿਤ ਨਹਿਰੂ ਪੈਕਟ ਕਹਿੰਦੇ ਹਾਂ, ਉਹ ਵੀ ਇੱਕ ਪਿਰਤ ਬਣਾਈ ਸੀ ਉਹਨਾਂ ਨੇ, ਇੱਕ ਰਾਹ ਬਣਾਇਆ ਸੀ ਵੀ ਇਹਦੇ ਵਿੱਚ ਕਿਵੇਂ ਵਿਚਰਿਆ ਜਾਵੇ। 1966 ਤੋਂ ਪਹਿਲਾਂ 2 ਵਾਰ ਅਮੈਂਡਮੈਂਟਾਂ ਹੋਈਆਂ,
ਉਹ ਉਸ ਵੇਲੇ ਕਿਉਂਕਿ ਪੰਜਾਬ ਸਾਂਝਾ ਸੀਗਾ ਭਾਵੇਂ ਪਾਕਿਸਤਾਨ ਬਾਹਰ ਨਿਕਲ ਗਿਆ ਸੀ ਉਹ ਪੰਜਾਬ ਦਾ ਹਿੱਸਾ ਪੰਜਾਬ ਪਾਕਿਸਤਾਨ ਚਲੇ ਗਿਆ ਪਰ ਉਸ ਵੇਲੇ ਕਿਉਂਕਿ ਸਾਂਝਾ ਪੰਜਾਬ ਸੀ ਉਸ ਵੇਲੇ ਵੀ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਮਤੇ ਪਾ ਕੇ ਜਨਰਲ ਹਾਊਸ 'ਚੋਂ ਭੇਜੇ ਅਤੇ ਉਹ ਅਪਰੂਵ ਹੋਏ 1966 ਵਿੱਚ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਬਣ ਗਿਆ ਉਸ ਤੋਂ ਬਾਅਦ ਇਹ ਜਿਹੜੀ ਪਾਵਰ ਸੀ ਇਹ ਸੈਂਟਰ ਸਰਕਾਰ 'ਚ ਵੈਸਟ ਕਰਨ ਲੱਗ ਪਈ ਅੰਤਰਰਾਜੀ ਤੌਰ ਦੇ ਉੱਤੇ ਕੁਛ ਜਿਹੜੇ ਮਸਲੇ ਆ ਉਹ ਸਾਰੇ ਪੰਜਾਬ ਸਰਕਾਰ ਡੀਲ ਕਰਨ ਲੱਗ ਪਈ ਉਹਦੀ ਮੈਂ ਡੰਗਾਈ 'ਚ ਨਹੀਂ ਜਾਣਾ ਜਿਹਦੇ 'ਚ ਪੰਜਾਬ ਯੂਨੀਵਰਸਿਟੀ ਵੀ ਫੋਲ ਕਰਦੀ ਆ ਜਿਹਦੇ ਵਿੱਚ ਐਗਰੀਕਲਚਰ ਯੂਨੀਵਰਸਿਟੀ ਵੀ ਫੋਲ ਕਰਦੀ ਸੀ ਜਿਹਦੇ ਵਿੱਚ ਕਿਸੇ ਵੇਲੇ ਪੰਜਾਬ ਆਪਣੇ ਸਟੇਟ ਆਪਣੇ ਇਲੈਕਟ੍ਰੀ ਬੋਰਡ ਵੀ ਫੋਲ ਕਰਦਾ ਸੀ ਕਿਉਂਕਿ ਜੋਗਿੰਦਰ ਨਗਰ ਇੱਕ ਸਮਝੌਤਾ ਸੀ ਇਹ ਹੁਣ ਇੰਟਰ ਸਟੇਟ ਸੀ ਸੋ ਉਹ ਤੋਂ ਬਾਅਦ ਜਿੰਨੀਆਂ ਵੀ ਤਰਮੀਮਾਂ ਹੋਈਆਂ ਅੱਜ ਤੱਕ ਟਿਲ ਡੇ ਅੱਜ ਦੇ ਦਿਨ ਨੂੰ ਛੱਡ ਕੇ ਪਹਿਲਾਂ ਜਨਰਲ ਹਾਊਸ ਉਹਦਾ ਮਤਾ ਪਾ ਕੇ ਭੇਜਦਾ ਸੀ ਅਤੇ ਫਿਰ ਉਹ ਜਿਹੜਾ ਆ ਉਹ ਤਰਮੀਮ ਉਹਦੇ ਵਿੱਚ ਹੁੰਦੀ ਸੀ ਈਵਨ ਸਾਡੇ ਬਜ਼ੁਰਗਾਂ ਨੇ ਕਿੱਡੀ ਸਿਆਣਪ ਕੀਤੀ ਕਿ ਕਿਸੇ ਸਰਕਾਰ ਨੂੰ ਨੋਟੀਫਿਕੇਸ਼ਨ ਦੇ ਵੀ ਹੱਕ ਨਹੀਂ ਰਹਿਣ ਦਿੱਤੇ ਨੋਟੀਫਿਕੇਸ਼ਨ ਦੇ ਹੱਕ ਇਸ ਕਰਕੇ ਨਹੀਂ ਰਹਿਣ ਦਿੱਤੇ ਵੀ ਕੋਈ ਸਰਕਾਰ ਸਿੱਧੀ ਦਖਲਦਾਜ਼ੀ ਕਰੂਗੀ ਜਿੱਦਾਂ ਅੱਜ ਹੋਈ ਆ ਅਤੇ ਫਿਰ ਇਹ ਐਕਟ ਦੇ ਨਾਲ ਛੇੜਛਾੜ ਹੋਊਗੀ ਅਤੇ ਕੌਮ ਦੇ ਨਾਲ ਧੱਕਾ ਅਤੇ ਧੋਖਾ ਹੋ ਜਾਊਗਾ ਅਤੇ ਉਹਨਾਂ ਨੇ ਪਾਰਲੀਮੈਂਟ ਦੀ ਉਹਦੇ ਵਿੱਚ ਹਾਊਸ ਦੇ ਵਿੱਚ ਬਿੱਲ ਲਿਆ ਕੇ ਦੋਹਾਂ ਹਾਊਸਾਂ 'ਚੋਂ ਪਾਸ ਹੋ ਕੇ ਫਿਰ ਉਹਦੀ ਅਮੈਂਡਮੈਂਟ ਮੰਨੀ ਜਾਂਦੀ ਆ ਇਹੀ ਉਹ ਕਾਰਨ ਹੈ ਜਿਹੜਾ ਮੈਂ ਤੁਹਾਨੂੰ ਪਰਸੋਂ ਕਿਹਾ ਸੀ ਕਿ ਜਿਸ ਵੇਲੇ ਰਾਈਟ ਟੂ ਵੋਟ ਜਿਹੜਾ ਸਾਡੇ ਸਹਿਜਧਾਰੀਆਂ ਦੀ ਨੋਟੀਫਿਕੇਸ਼ਨ ਹੋ ਗਈ ਸੀ ਉਹ ਕਾਨੂੰਨ ਤੌਰ 'ਤੇ ਇਸ ਕਰਕੇ ਰੱਦ ਜਿਹੜੀ ਹਾਈ ਕੋਰਟ ਆਨਰੇਬਲ ਹਾਈ ਕੋਰਟ ਨੇ ਮੰਨੀ ਸੀ ਕਿ ਇਹ ਨੋਟੀਫਿਕੇਸ਼ਨ ਦਾ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਕੋਈ ਪ੍ਰੋਵੀਜ਼ਨ ਨਹੀਂ ਗਾ ਸੋ ਇਸ ਕਰਕੇ ਉਹਦੀ ਫਿਰ ਤਰਮੀਮ ਹੋਈ ਪਾਰਲੀਮੈਂਟ ਦੇ ਵਿੱਚ ਅਤੇ ਫਿਰ ਉਹਦੀ ਨੋਟੀਫਿਕੇਸ਼ਨ ਹੋਈ ਗਜਟ ਨੋਟੀਫਿਕੇਸ਼ਨ ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਉਹ ਤਰਮੀਮ ਹੋ ਗਈ ਹੁਣ ਉਹ ਤੋਂ ਪਹਿਲਾਂ ਜਿਸ ਜੱਜਮੈਂਟ ਦਾ ਅੱਜ ਸਹਾਰਾ ਲਿਆ ਜਾ ਰਿਹਾ ਆਹ 2008 ਦੀ ਜੱਜਮੈਂਟ ਮੇਰਾ ਖਿਆਲ ਜੇ ਬਈ ਤਾਂ ਜਿਸ ਕਰ ਲਏ 2008 ਦੇ ਵਿੱਚ ਇੱਕ ਆਨਰੇਬਲ ਹਾਈ ਕੋਰਟ ਦਾ ਫੈਸਲਾ ਹੋਇਆ ਸੀ ਔਰ ਉਸ ਹਾਈ ਕੋਰਟ ਦੇ ਫੈਸਲੇ ਦੇ ਵਿੱਚ ਇਹ ਬਿਲਕੁਲ ਕਲੀਅਰ ਸੀਗਾ ਹੋਇਆ ਕਿ ਭਈ ਜਿਹੜੀ SGPC ਆ ਇਹ ਫੁੱਲੀ ਜਿਹੜੀ ਆ ਅਧਿਕਾਰ ਰੱਖਦੀ ਆ ਇਹਨੂੰ ਆਪਣੇ ਪ੍ਰਚਾਰ ਅਤੇ ਪ੍ਰਸਾਰ ਦੇ ਲਈ ਅਤੇ ਆਪਣੇ ਇਹ ਜਿਹੜੇ ਆਪਾਂ TV 'ਤੇ ਜਾਂ ਹੋਰ ਦਿੰਦੇ ਹਾਂ ਉਹ ਇਹਦਾ ਪੂਰਾ ਅਧਿਕਾਰ ਆ ਅਤੇ ਇਸ ਪੂਰੇ ਅਧਿਕਾਰ ਦੇ ਵਿੱਚ ਅਸੀਂ ਕੋਈ ਵੀ ਦਖਲਅੰਦਾਜ਼ੀ ਨਹੀਂ ਕਰਦੇ ਅਤੇ ਜਿਹੜੀ ਉਸ ਵੇਲੇ ਜਿਨ੍ਹਾਂ ਨੇ ਪਟੀਸ਼ਨ ਪਾਈ ਸੀਗੀ ਉਹ ਪਟੀਸ਼ਨ ਜਿਹੜੀ ਆ ਉਹ ਉਹਨਾਂ ਦੀ ਰੱਦ ਹੋਈ ਸੀ ਅਤੇ ਫਿਰ ਨਾਲ ਉਹਨਾਂ ਨੂੰ 20,000 ਰੁਪਈਆ ਕੋਸਟ ਵੀ ਪਈ ਸੀ ਸੋ ਮੈਂ ਤਾਂ ਤੁਹਾਡੇ ਧਿਆਨ 'ਚ ਲਿਆ ਰਿਹਾ ਵੀ ਇਹ ਵੀ ਹਾਈ ਕੋਰਟ ਦੀ ਆਨਰੇਬਲ ਦੀ ਜੱਜਮੈਂਟ ਆ ਸੇਮ ਸਬਜੈਕਟ ਦੇ ਉੱਤੇ ਆ ਹੁਣ ਉਹ ਤੋਂ ਬਾਅਦ ਆਹ ਜਿਹੜਾ ਅੱਜ ਵਰਤਾਰਾ ਵਰਤਿਆ ਮੈਂ ਸਮਝਦਾ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਕਾਹਲੀ ਦੇ ਵਿੱਚ ਤਾਂ ਇੱਕ ਅੱਜ ਤੱਕ ਦੇ ਇਤਿਹਾਸ ਨੂੰ ਕਲੰਕਿਤ ਕਰਨ ਵਾਲਾ ਫੈਸਲਾ ਆ ਔਰ ਮੈਂ ਇਹ ਕਹਿ ਸਕਦਾ ਕਿ ਇੱਕ ਰਸਤਾ ਖੋਲ੍ਹਿਆ ਗਿਆ ਚੋਰ ਰਸਤਾ ਜਿਹੜਾ ਸਿੱਖ ਪੰਥ ਨੇ ਕਦੇ ਵੀ ਮਨਜ਼ੂਰ ਨਹੀਂ ਕਰਨਾ ਅਤੇ ਮੈਂ ਇਹ ਵੀ ਕਹਿ ਦਿੰਦਾ ਇੱਕ ਦਿਨ ਆਊਗਾ ਇਹ ਜਿਹੜੀ ਅੱਜ ਦੀ ਹਾਕਮ ਸਰਕਾਰ ਆ ਇਹਨਾਂ ਦੇ ਕੰਡੇ ਬੀਜਿਓ ਫਿਰ ਚੁਗਣੇ ਪੈਣਗੇ ਅਤੇ ਫਿਰ ਉਸ ਵੇਲੇ ਮੱਥੇ 'ਤੇ ਹੱਥ ਵੀ ਮਾਰਨਗੇ ਵੀ ਅਸੀਂ ਕੀ ਕਰ ਗਏ ਹਾਂ ਕਿਉਂਕਿ ਜਿਸ ਤਰਜ਼ ਦੇ ਉੱਤੇ ਅੱਜ ਉਹਨੇ ਫੈਸਲਾ ਚੜ੍ਹਾ ਦਿੱਤਾ ਇੱਕ ਨਾਦਰਸ਼ਾਹੀ ਫਰਮਾਨ ਕਿ ਆਹ ਜਿਹੜਾ ਐਕਟ ਦੀ ਜਿਹੜੀ ਉਹਨਾਂ ਨੇ ਪਾਈ ਆ ਮਤ ਵੀ ਇਟ ਸ਼ੈਲ ਬੀ ਦਾ ਡਿਊਟੀ ਆਫ ਦਾ ਬੋਰਡ ਦੈਟ ਇਜ਼ SGPC ਟੂ ਪ੍ਰੋਪੇਗੇਟ ਦਾ ਟੀਚਿੰਗਸ ਆਫ ਦਾ ਗੁਰੂਜ਼ ਬਾਈ ਮੇਕਿੰਗ ਇਨ ਇੰਟਰਪਟਿਡ ਵਿਦਾਊਟ ਐਨੀ ਔਰ ਸਕਰੀਨ ਰਨਿੰਗ ਐਡਵਰਟਾਈਜਮੈਂਟ ਔਰ ਕਮਰਸ਼ੀਅਲਸ ਔਰ ਡਿਸਟੋਰਸ਼ਨਸ ਹੁਣ ਮੈਂ ਪੁੱਛਣਾ ਚਾਹੁੰਦਾ ਅੱਜ ਦਾ ਇਹ ਫਰਮਾਨ ਜਾਰੀ ਹੋ ਗਿਆ
ਇਹ ਕਿਹਦੀ ਕਿਹਦੀ ਮੰਨ ਲਓ ਕੰਸੈਂਟ ਲਈ ਆ ਸਿਰਫ ਚੰਡੀਗੜ੍ਹ ਜਿਹੜੀ ਅਸੈਂਬਲੀ ਬੈਠੀ ਉਹ ਐਸ ਜੀ ਪੀ ਸੀ ਚਲਾਊਗੀ ਐਸ ਜੀ ਪੀ ਸੀ ਦਾ ਰਨ ਸਾਡੀ ਤਾਂ ਲੜਾਈ ਇਸ ਗੱਲ ਦੀ ਰਹੀ ਵੀ ਅਸੀਂ ਦਿੱਲੀ ਨਾਲ ਜਾਂ ਚੰਡੀਗੜ੍ਹ ਦੇ ਨਾਲ ਅਸੀਂ ਭਿੜਦੇ ਰਹੇ ਹਾਂ ਅਤੇ ਹੁਣ ਇਹ ਫੁੱਲ ਰਾਈਟ ਇਹਨਾਂ ਨੂੰ ਹੋ ਗਿਆ ਜੋ ਮਰਜ਼ੀ ਟਰਮ ਡੇਟ ਕਰਾਈ ਜਾਣ ਐਸ ਜੀ ਪੀ ਸੀ ਨੂੰ ਅਤੇ ਜੇ ਇਹੋ ਹੀ ਚੱਲੂਗੀ ਕੱਲ੍ਹ ਨੂੰ ਕਹਿਣਗੇ ਅਕਾਲ ਤਖ਼ਤ ਦਾ ਜਥੇਦਾਰ ਉਹਦੀ ਆਹ ਕੁਆਲੀਫਿਕੇਸ਼ਨ ਚਾਹੀਦੀ ਆ ਇਹ ਵੀ ਐਸ ਜੀ ਪੀ ਸੀ ਨੂੰ ਨਾਦਰਸ਼ਾਹੀ ਫਰਮਾਨ ਜਾਰੀ ਕਰ ਦੇਣਗੇ ਇਹ ਕੌਮ ਦੇ ਨਾਲ ਜੋ ਅੱਜ ਮਜ਼ਾਕ ਤੁਸੀਂ ਕੀਤਾ ਤੁਹਾਨੂੰ ਕਦੇ ਕੌਮ ਨੇ ਮਾਫ਼ ਨਹੀਂ ਕਰਨਾ ਉੱਥੇ ਬੈਠੇ ਆਪ ਹੀ ਕਹਿ ਰਹੇ ਆ ਵੀ ਅਸੀਂ ਵੀ ਸਿੱਖ ਹਾਂ ਅਤੇ ਸਿੱਖ ਨੂੰ ਕਿਤੇ ਸਰਟੀਫਿਕੇਟ ਸਿੱਖ ਕੋਲੋਂ ਲੈਣਾ ਪੈਂਦਾ ਸਿੱਖ ਤਾਂ ਇਟਸੈਲਫ ਹੀ ਸਿੱਖ ਆ ਅਤੇ ਜਿਹੜਾ ਕੰਸੈਪਟ ਆ ਗੁਰਬਾਣੀ ਦਾ ਪੜ੍ਹਨੀ ਵੀ ਆ ਪਿੰਡ 'ਤੇ ਹਟਾਉਣੀ ਵੀ ਆ ਅਤੇ ਉਹਦੇ ਉੱਤੇ ਚੱਲਣਾ ਵੀ ਆ ਅਤੇ ਜੇ ਮੈਂ ਫਿਰ ਕੌੜੀ ਗੱਲ ਕਰੂੰਗਾ ਫਿਰ ਸ਼ਾਇਦ ਚੁੱਪ ਵੀ ਜ਼ਿਆਦਾ ਜਾਊਗੀ ਕਿ ਕੇਵਲ ਦਾ ਕੇਵਲ ਮੁੱਦਾ ਆਹ ਜਿਹੜਾ ਸੀਗਾ ਪੀ ਟੀ ਸੀ ਦਾ ਲੈ ਕੇ ਐਸ ਜੀ ਪੀ ਸੀ ਦੇ ਉੱਤੇ ਖੁਆੜਾ ਚਲਾਇਆ ਅਸੀਂ ਬਿਲਕੁਲ ਆਪਣੀ ਸਾਬ ਕਮੇਟੀ ਕੰਕਲੂਡ ਕਰ ਚੁੱਕੀ ਸੀ ਰਿਪੋਰਟ ਵੀ ਅਸੀਂ ਗਾਹਾਂ ਕੀ ਕਰਨਾ ਸੋ ਇਸ ਕਰਕੇ ਹੁਣ ਇਹਨਾਂ ਨੇ ਸਾਰੇ ਰਾਈਟ ਅੰਮ੍ਰਿਤਸਰ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆ ਉਹ ਵੀ ਪ੍ਰਵੇਲ ਪਾਉਣ ਉਹਨਾਂ ਦੇ ਉੱਤੇ ਕਰ ਗਏ ਆ ਵੀ ਉੱਥੋਂ ਚੰਡੀਗੜ੍ਹੋਂ ਬੈਠੇ ਹੁਕਮ ਚਾੜਿਆ ਕਰਨਗੇ ਅਤੇ ਚਾੜ ਕੇ ਫਿਰ ਆਪਣੇ ਸ਼੍ਰੋਮਣੀ ਕਮੇਟੀ ਦਾ ਫਿਰ ਇੱਥੇ ਲੋੜ ਹੀ ਕੋਈ ਨਾ ਰਹਿ ਗਈ ਸੋ ਮੈਂ ਨਿਮਰਤਾ ਸਹਿਤ ਤੁਹਾਨੂੰ ਤੁਸੀਂ ਪੱਤਰਕਾਰ ਹਾਂ ਤੁਸੀਂ ਵਧੀਆ ਇਸ ਸਿਸਟਮ ਦੇ ਵੀ ਵਿੱਚ ਵਿਚਰਦੇ ਹਾਂ ਕਿ ਇਹੋ ਜਿਹੇ ਜਿਹੜੀਆਂ ਪਿਰਤਾਂ ਆ ਇਹ ਕਿਸੇ ਵੇਲੇ ਬਹੁਤ ਘਾਤਕ ਸਿੱਧ ਹੋ ਸਕਦੀਆਂ ਜੇ ਪੰਥ ਖਾਲਸੇ ਨੇ ਮੰਨ ਲਈਆਂ ਤਾਂ ਮੰਨਣੀਆਂ ਕਿਸੇ ਨੇ ਹੈ ਨਹੀਂ ਤਾਂ ਮੈਂ ਇਹ ਵੀ ਬੇਨਤੀ ਕਰਦਾ ਕਿ ਸਾਡੀ ਵੀ ਆਪਣੀ ਇੱਕ ਜੁਰਿਸਡਿਕਸ਼ਨ ਆ ਸਾਡੀ ਇੱਕ ਬਾਉਂਡ ਬਾਈ ਲਾਅ ਚੁਣ ਕੇ ਸੰਸਥਾ ਆ ਜਿਹੜੀ ਸਟੈਚੂਟਰੀ ਬਾਡੀ ਇਹਨੂੰ ਐਵਰੀ ਰਾਈਟ ਆ ਆਪਣਾ ਸਾਰਾ ਉਹਦੇ ਆਪਣੇ ਵਿਦਨ ਕੌਂਸਟੀਟਿਊਸ਼ਨ ਅਤੇ ਇਸ ਕੌਂਸਟੀਟਿਊਸ਼ਨ ਦੇ ਵਿੱਚ ਜਿਹੜਾ ਕੋਈ ਅਨਇੰਟਰਪਟਡ ਜਿਹੜੀਆਂ ਕੋਈ ਆਪਣੀਆਂ ਸਿੱਧੀ ਤੌਰ 'ਤੇ ਦਖਲਅੰਦਾਜ਼ੀ ਕਰਦਾ ਉਹ ਕਦੇ ਸਿੱਖ ਕੌਮ ਨੇ ਕਦੇ ਵੀ ਉਹ ਜਿਹੜੀ ਮਨਜ਼ੂਰ ਨੇ ਕੀਤੀ ਇਹ ਕੇਂਦਰੀ ਐਕਟ ਦੇਖੋ ਅੱਜ ਵੀ ਖੜ੍ਹਾ ਹਰਿਆਣਾ ਕਮੇਟੀ ਬਣੀ ਆ ਹਰਿਆਣਾ ਕਮੇਟੀ ਨੇ 2014 ਦੇ ਆਪਣੇ ਐਕਟ ਦੇ ਵਿੱਚ ਗੁਰਦੁਆਰੇ ਨੋਟੀਫਾਈ ਕਰ ਦਿੱਤੇ ਕਿ ਆਹ ਗੁਰਦੁਆਰੇ 85 ਦੇ ਆਹ 87 ਦੀ ਸਾਡੇ ਜੁਰਿਸਡਿਕਸ਼ਨ 'ਚ ਹੋਣਗੇ ਪਰ ਸੈਂਟਰ ਦੀ ਸਰਕਾਰ ਨੇ ਉਸ 1925 ਦੇ ਐਕਟ ਦੇ ਵਿੱਚੋਂ ਡਿਲੀਟ ਕੀਤੇ ਕਿਤੇ ਅੱਜ ਤੱਕ ਕੋਈ ਚਿੱਠੀ ਨਹੀਂ ਸਾਡੇ ਕੋਲ ਜਿਹੜੀ ਇਹ ਗੱਲ ਕਰਦੀ ਗਵਾਹੀ ਪਾਉਂਦੀ ਹੋਵੇ ਕਿ ਇਹ ਗੁਰਦੁਆਰੇ ਸਾਹਿਬਾਨ ਹਰਿਆਣੇ ਨੂੰ ਜਿਹੜੇ ਆ ਇਹਨਾਂ ਨੂੰ ਸੇਵਾ ਦੇ ਦਿੱਤੀ ਗਈ ਹੈ ਇਸ ਕਰਕੇ ਸ਼੍ਰੋਮਣੀ ਕਮੇਟੀ ਦੇ ਸ਼ਡਿਊਲ ਦੇ ਵਿੱਚੋਂ ਇਹ ਕੱਢ ਦਿੱਤੇ ਆ ਅਤੇ ਇਸ ਕਰਕੇ ਆਹ ਜਿਹੜੇ ਹੁਣ ਅੱਜ ਇਹਨਾਂ ਨੇ ਸ਼ੁਰੂਆਤ ਕੀਤੀ ਆ ਇਹ ਵੀ ਮੈਂ ਸਮਝਦਾ ਉਲੰਘਣਾ ਆ ਉਸ ਸੈਂਟਰਲ ਐਕਟ ਦੀ ਜਿਹੜਾ ਸਿੱਖ ਗੁਰਦੁਆਰਾ ਐਕਟ 1925 ਆ ਐਜ ਇਟ ਇਜ਼ ਹਾਲੇ ਖੜ੍ਹਾ ਕਿਉਂਕਿ ਜਿਲ੍ਹੇ ਦੋ ਐਕਟ ਆਉਣ ਇੱਕ ਸਟੇਟ ਐਕਟ ਅਤੇ ਇੱਕ ਸੈਂਟਰ ਐਕਟ ਅਤੇ ਨੈਚੁਰਲੀ ਫਿਰ ਸਟੇਟ ਐਕਟ ਜਿਹੜਾ ਆ ਉਹ ਬੌਣਾ ਹੋ ਜਾਂਦਾ ਜਿਹੜਾ ਸੈਂਟਰਲ ਐਕਟ ਉਹ ਹੀ ਪ੍ਰਵੇਲ ਪਾਉਣ ਕਰਦਾ ਉਹ 1925 ਦੇ ਐਕਟ ਦੇ ਵਿੱਚ ਹਾਲੇ ਕੋਈ ਸੋਧਾਂ ਨਹੀਂ ਹੋਈਆਂ ਉਹਦੇ ਵਿੱਚ ਹਾਲੇ ਕੋਈ ਸਟੇਟਾਂ ਦੇ ਮੁਤਾਬਕ ਠੀਕ ਆ ਵੀ ਉਹ ਜਾਜਮੈਂਟ ਦਾ ਸਹਾਰਾ ਲੈ ਕੇ ਹਰਿਆਣੇ ਵਾਲੇ ਕਿਸ ਢੰਗ ਦੇ ਨਾਲ ਆਏ ਸੀ ਆਪਾਂ ਨੂੰ ਸੋਚਣਾ ਪਊਗਾ ਕਿਵੇਂ ਜਾ ਕੇ ਪੁਲਿਸ ਦੇ ਕਬਜ਼ੇ ਕੀਤੇ ਗਏ ਕਿਵੇਂ ਜਾ ਕੇ ਬੇਪਤੀਆਂ ਕੀਤੀਆਂ ਗਈਆਂ ਚੱਲਦੇ ਦੀਵਾਨਾਂ ਦੇ ਵਿੱਚ ਗੋਲਕਾਂ ਨੂੰ ਜਿੰਦੇ ਲਾਏ ਗਏ ਅਤੇ ਮੈਂ ਸਮਝਦਾ ਆਹ ਸ਼ੁਰੂਆਤ ਆ ਪੰਜਾਬ ਦੇ ਵਿੱਚ ਅੱਜ ਉਹਦੀ ਸ਼ੁਰੂਆਤ ਪਹਿਲੀ ਹੀ ਨਹੀਂ ਸਟੈਪ ਚੱਕਿਆ ਇੱਕ ਦਿਨ ਫਿਰ ਇਹ ਵੀ ਆਊਗਾ ਵੀ ਇੱਥੇ ਗੁਰਦੁਆਰਿਆਂ ਦੇ ਵਿੱਚ ਇਵੇਂ ਇਹ ਆ ਕੇ ਘਮਸਾਣ ਪਾਉਣਗੇ ਜਿਹੜੇ ਪੰਥ ਖਾਲਸਾ ਨੇ ਕਦੇ ਵੀ ਬਰਦਾਸ਼ਤ ਨਹੀਂ ਕਰਨੇ ਸੋ ਮੈਂ ਇਹ ਚਾਹੁੰਦਾ ਵੀ ਅਸੀਂ ਇਹਨੂੰ ਇਹਨਾਂ ਨੇ ਤਾਂ ਇਹ ਕਰ ਦਿੱਤਾ ਪਰ ਅਸੀਂ ਕੋਈ ਝਗੜਾ ਝਮੇਲਾ ਨਹੀਂ ਪਾਉਂਦੇ ਨਾ ਪਾਉਣ ਦਾ ਸਾਡਾ ਕੋਈ ਸੁਭਾਅ ਆ ਕਿਉਂਕਿ ਤਾਂ ਗੁਰੂ ਘਰ ਦੀ ਸੇਵਾ ਆ ਗੁਰੂ ਘਰ ਦੀ ਸੇਵਾ ਨਿਮਰਤਾ ਸਿਖਾਲਦੀ ਆ ਨਾ ਕਿ ਧੌਣ 'ਚ ਕੀਲੇ ਫਸਾਉਂਦੀ ਆ ਗੁਰੂ ਘਰ ਦੀ ਸੇਵਾ ਭਾਂਡੇ ਮਾਂਜਣ ਦੀ ਪ੍ਰਥਾ ਆ ਗੁਰੂ ਘਰ ਦੀ ਸੇਵਾ ਝਾੜੂ ਮਾਰਨ ਦੀ ਸੇਵਾ ਆ ਨਿਮਾਣੇ ਹੋਣ ਦੀ ਸੇਵਾ ਆ ਨਾ ਕਿ ਗੁਰੂ ਘਰ ਦੀ ਸੇਵਾ ਗੁਰੂ ਘਰ ਦੇ ਉੱਤੇ ਚੜ੍ਹ ਕੇ ਆਉਣ ਦੀ ਆ ਮੱਥੇ ਲਾਉਣ ਦੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਥਾ ਆ ਤੁਹਾਡੀ ਇਹ ਪ੍ਰਬੰਧਕ ਕਰਤਾ ਬਾਡੀ ਆ ਇਹਦੇ ਵਿੱਚ ਮੇੜੇ ਵਰਗੇ ਕੋਈ ਮਾੜੇ ਹੋ ਸਕਦੇ ਆ ਪਰ ਸਾਰੇ ਮਾੜੇ ਨਹੀਂ ਹੁੰਦੇ ਸੰਸਥਾ ਨੂੰ ਨਾ ਖਰਾਬ ਕਰੀਏ ਆਪਾਂ ਸੰਸਥਾ 'ਤੇ ਹਮਲਾ ਆ ਮੈਂਬਰ ਕੁਛ ਹੋ ਸਕਦੇ ਆ ਪਰ ਜੇ ਸੰਸਥਾ 'ਤੇ ਆਪਾਂ ਹਮਲਾ ਕਰਾਂਗੇ ਤਾਂ ਫਿਰ ਮੈਂ ਸਮਝਦਾ ਇਹ ਬਹੁਤ ਵੱਡਾ ਪੰਥ ਦਾ ਨੁਕਸਾਨ ਹੋ ਜਾਊਗਾ ਸੋ ਅਸੀਂ ਅੱਜ ਇਹ ਫੈਸਲਾ ਕੀਤਾ 26 ਤਰੀਕ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਅਜਲਾਸ ਅਫੀਸ਼ੀਅਲ ਤੌਰ ਦੇ ਉੱਤੇ ਵਿਸ਼ੇਸ਼ ਅਜਲਾਸ ਜਿਹੜਾ ਉਹ ਅਸੀਂ ਸੱਦਿਆ ਉਹਦੇ ਵਿੱਚ ਸਾਰੀਆਂ ਵਿਚਾਰਾਂ ਕੀਤੀਆਂ ਜਾਣਗੀਆਂ ਉਹ ਵਿਚਾਰਾਂ ਨੂੰ ਅੱਜ ਦਾ ਫੈਸਲਾ ਜਿਹੜਾ ਆ ਇਹਨੂੰ ਅਸੀਂ ਮੁੱਢੇ ਰੱਦ ਕਰਦੇ ਹਾਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਫੈਸਲੇ ਨੂੰ ਮੁੰਡੋਂ ਰੱਦ ਕਰਦੀ ਆ ਅਤੇ ਜੇ ਫਿਰ ਕਿਸੇ ਨੇ ਲਾਗੂ ਕਰਵਾਉਣਾ ਤਾਂ ਫਿਰ ਉਹ ਆਪ ਹੀ ਜਾਣ, ਫਿਰ ਆਪਾਂ ਨਜਿੱਠ ਵੀ ਲਵਾਂਗੇ। ਇਵੇਂ ਵੀ ਕੋਈ ਗੱਲ ਨਹੀਂ ਕਿ ਭਾਈ ਇੱਦਾਂ ਹੀ ਗੱਲ ਚੱਲੂਗੀ, ਕਿਉਂਕਿ ਜੇ ਬਜ਼ੁਰਗਾਂ ਨੇ ਪਿਰਤਾਂ ਪਾਈਆਂ ਅਤੇ ਗੁਰੂ ਘਰ ਲਈ ਪਾਈਆਂ ਸੀ, ਅਤੇ ਜੇ ਆਪਾਂ ਫਿਰ ਅੱਜ ਡੈਮੋਕ੍ਰੇਸੀ ਦੇ ਵਿੱਚ ਰਹਿ ਕੇ ਵੀ ਉਹ ਪਿਰਤਾਂ ਦੀ ਉਲੰਘਣਾ ਕਰ ਰਹੇ ਹਾਂ, ਜ਼ੋਰ ਅਜਮਾਈ ਕਰ ਰਹੇ ਹਾਂ, ਫਿਰ ਉਹ ਜ਼ੋਰ ਅਜਮਾਈ ਪੰਥ ਖਾਲਸੇ ਨੇ ਕਦੇ ਵੀ ਬਰਦਾਸ਼ਤ ਨਹੀਂ ਕੀਤੀ। ਔਰ ਇੱਕ ਜਿਹੜੀ ਵੱਡੀ ਗੱਲ ਅੱਜ ਮੈਂ ਤਾਂ ਮੈਨੂੰ ਆਉਂਦੇ ਹੁਣ ਖਬਰ ਮਿਲੀ ਆ ਕਿ ਕੁਛ MLA ਸਾਹਿਬਾਨ ਜਿਹੜੇ ਆ ਉਹ ਇਹਦਾ ਜਿਹੜਾ ਆ ਕਰਦੇ ਆ ਉਹਨਾਂ ਦਾ ਇਆਲੀ, ਚਲੋ ਸਾਡੇ ਤਿੰਨ ਜਿਹੜੇ ਮੈਂਬਰ ਸੀਗੇ ਉੱਥੇ, ਡਾਕਟਰ ਨਛੱਤਰਪਾਲ, ਇਆਲੀ ਸਾਹਿਬ ਅਤੇ ਡਾਕਟਰ ਸੁੱਖੀ, ਉਹਨਾਂ ਨੇ ਉੱਥੇ ਇੱਕ ਪ੍ਰਪੋਜ਼ਲ ਵੀ ਦਿੱਤੀ ਸੀ, ਪਰ ਇਹਨਾਂ ਨੇ ਕਿਉਂਕਿ ਮੂੰਹ ਪਾੜ ਪਾੜ ਕੇ ਏਡੇ ਜ਼ੋਰ ਨਾਲ ਬੋਲਦੇ ਸੀ ਉੱਥੇ ਵੀ ਸ਼ਾਇਦ ਜਿੱਦਾਂ ਪਾਕਿਸਤਾਨ ਹਿੰਦੁਸਤਾਨ ਦੀ ਜੰਗ ਲੱਗੀ ਹੋਆ, ਅਤੇ ਇੱਕ ਚੈਨਲ ਨੇ ਕਿਸੇ ਨੇ ਮੈਨੂੰ ਪਤਾ ਨਹੀਂ, ਆਈ ਡੋਂਟ ਨੋ, ਮੈਂ ਗਲਤ ਵੀ ਹੋ ਸਕਦਾ, ਪਰ ਮੈਨੂੰ ਕਿਸੇ ਨੇ ਖਬਰ ਦਿੱਤੀ ਆ ਵੀ ਕਿੰਨੀ ਕਾਹਲੀ ਆ ਵੀ ਮੁੱਖ ਮੰਤਰੀ ਦਾ ਧੰਨਵਾਦ ਵੀ ਸ਼ੁਰੂ ਹੋ ਗਿਆ, ਅਤੇ ਫਿਰ ਇਹ ਗਿਣੀ ਮਿਥੀ ਪਲੈਨਿੰਗ ਨਹੀਂ ਗੀ ਇੱਕ, ਫਿਰ ਇਹ ਇੱਕ ਮੀਡੀਏ ਨੂੰ ਦਬਾਉਣ ਦਾ ਕੋਝਾ ਯਤਨ ਆ ਸਾਰੇ ਜਿਹੜੇ ਆਪਣੇ ਚੈਨਲ ਕਹਿ ਲਓ ਜਾਂ ਪ੍ਰਿੰਟ ਮੀਡੀਆ ਕਹਿ ਲਓ, ਅਤੇ ਉਹਨਾਂ ਦੇ ਉੱਤੇ ਅੱਜ ਕਿਉਂ ਹਮਲੇ ਹੋ ਰਹੇ। ਕੱਲ੍ਹ ਆਪਾਂ ਦੇਖਿਆ ਸਰਦਾਰ ਬਰਜਿੰਦਰ ਸਿੰਘ ਹਮਦਰਦ, ਉੱਥੇ ਸਾਰਾ ਪੰਜਾਬ ਕੱਲ੍ਹ ਪਹੁੰਚਿਆ ਸੀ। ਇਵੇਂ ਸ਼ਕਤੀਆਂ ਨਹੀਂ ਚੱਲਦੀਆਂ ਭਗਵੰਤ ਮਾਨ ਜੀ, ਰਾਜ ਸੱਤਾ ਬਹੁਤਿਆਂ ਲੋਕਾਂ ਨੇ ਨਿੱਘ ਮਾਣਿਆ, ਸਿੱਧੀ ਦਖਲਅੰਦਾਜ਼ੀ ਧਰਮ ਦੇ ਵਿੱਚ ਕਰੋਗੇ। ਮੈਂ ਵਾਰ ਵਾਰ ਇਸ ਕਰਕੇ ਮੈਂ ਰਿਪੀਟ ਕਰ ਰਿਹਾ, ਸਿੱਖ ਪੰਥ ਨੇ ਕਦੇ ਬਰਦਾਸ਼ਤ ਨਹੀਂ ਕੀਤੀ ਅਤੇ ਨਾ ਕਦੇ ਬਰਦਾਸ਼ਤ ਕਰੂਗਾ। ਆਪਣੀ ਜੂਰਿਸਡਿਕਸ਼ਨ ਦੇ ਵਿੱਚ ਰਹਿ ਕੇ ਚੰਡੀਗੜ੍ਹ ਦੇ ਤਾਕਤ ਨੂੰ ਜਿਹੜਾ ਤੁਹਾਨੂੰ ਲੋਕਾਂ ਨੇ ਵੋਟਾਂ ਪਾਈਆਂ ਉਹਦੀ ਸੇਵਾ ਕਰੋ। ਤੁਹਾਨੂੰ ਵੋਟਾਂ ਲੋਕਾਂ ਨੇ ਧਰਮ ਵਿੱਚ ਦਖਲਅੰਦਾਜ਼ੀ ਕਰ ਲੈਣੀ ਸੀ ਪਾਈਆਂ। ਕਈ ਸਾਡੇ ਵੀ ਸੱਜਣੇ ਆ ਸਾਡੇ, ਉਹ ਵੀ ਵਿੱਚੋਂ ਕਈ ਵਾਰੀ ਜਿੱਦਾਂ ਬਾਹਰ ਖੜ੍ਹੇ ਨਾ ਉਦਾਂ ਮਾਰੀ ਜਾਂਦੀਆਂ ਤਾੜੀਆਂ ਮਾਰੀ ਜਾਂਦੀਆਂ, ਅਤੇ ਫਿਰ ਸਿਆਣੇ ਕਹਿੰਦੇ ਕਈ ਵਾਰੀ ਹੱਥ ਦੀਆਂ ਦਿੱਤੀਆਂ ਮੂੰਹ ਨਾ ਖੋਲਣੀਆਂ ਪੈਂਦੀਆਂ। ਕੌਮ ਦਾ ਨੁਕਸਾਨ ਨਾ ਕਰੀਏ, ਸੰਸਥਾ ਕੌਮ ਦੀ ਆ। ਕੌਮ 'ਤੇ 103 ਸਾਲ ਤੋਂ ਬਾਅਦ ਹਮਲਾ ਹੋਇਆ ਅੱਜ ਆਜ਼ਾਦ ਭਾਰਤ ਦੇ ਵਿੱਚ, ਉਹ ਵੀ ਪੰਜਾਬ ਦੀ ਸਰਕਾਰ ਨੇ ਕੀਤਾ, ਨਾ ਗੋਰੇ ਕਰ ਸਕੇ ਨਾ ਕੋਈ ਹੋਰ ਕਰ ਸਕਿਆ। ਸੋ ਇੰਨੀ ਕੁ ਬੇਨਤੀ ਕਰਕੇ ਪੰਜਾਬ ਦੀ ਸਰਕਾਰ ਸਮੇਂ ਸਿਰ ਜਾਗ ਜਾਵੇ, ਨਹੀਂ ਤਾਂ ਫਿਰ ਪਾਈਆਂ ਪਿਰਤਾਂ ਜਿਹੜੀਆਂ ਉਹ ਕਈ ਵਾਰੀ ਪੁੱਠੀਆਂ ਵੀ ਪੇਸ਼ ਆਉਂਦੀਆਂ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਅਤੇ ਇਸ ਕਰਕੇ ਵੀ ਧੰਨਵਾਦ ਕਰਦਾ ਕਿ ਕਿਉਂਕਿ ਟਾਈਮ ਜਿਹੜਾ ਸੀਗਾ ਉਹ ਆਊਟ ਟਾਈਮ ਵੇਲੇ ਤੁਹਾਨੂੰ ਆਉਣਾ ਪਿਆ ਸਾਰਿਆਂ ਨੂੰ। ਸੋ ਗੁਰੂ ਸਾਹਿਬ ਕਿਰਪਾ ਕਰਨ, ਹਰ ਇੱਕ ਸੰਪਰਦਾ ਉਹਦੀ ਆਪਣੇ ਡੇਰੇ 'ਚ ਮਰਿਆਦਾ ਆ, ਇੱਕ ਸਰਕਾਰ ਆ ਉਹਦੀ ਪੰਜਾਬ ਦੀ, ਪੰਜਾਬ ਸਰਕਾਰ ਦੀ ਮਰਿਆਦਾ ਆ, ਹਰਿਆਣੇ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਕਾਨੂੰਨ ਜਿਹੜੇ ਬਣੇ ਹੋ ਉਹਦੇ ਮੁਤਾਬਕ ਚੱਲਦੀ ਆ। ਸੋ ਇਹ ਜੇ ਬੈਠੇ ਚੰਡੀਗੜ੍ਹੋਂ ਹੀ ਮੈਂ ਤਾਂ ਦੇਖਦਾ ਸੀ ਜਿਲ੍ਹੇ ਉਹਨਾਂ ਨੇ ਸੁਝਾਅ ਦਿੱਤਾ ਵੀ ਬੈਠ ਲਈਏ, ਕਹਿੰਦੇ ਆ ਬੈਠੇ ਹੀ ਹਾਂ। ਇਹ ਵੀ ਨੇ ਮਹਿਸੂਸ ਕੀਤਾ ਵੀ ਜਿਹੜੇ ਅੰਮ੍ਰਿਤਸਰ ਬਹਿੰਦੇ ਉਹ ਵੀ ਤਾਂ ਲੋਕਾਂ ਦੇ ਚੁਣੇ ਹੋਈ ਆ, ਅਤੇ ਚੁਣੇ ਵੀ ਧਰਮ ਲਈ ਆ, ਅਤੇ ਮਤਲਬ MLA ਕਹਿ ਰਿਹਾ ਜੀ ਅਸੀਂ ਚੁਣੇ ਹੋਈ ਹਾਂ ਵੀ ਸਭ ਕੁਛ ਅਸੀਂ ਲੈ ਲਈਏ। ਇੱਕ ਵਾਰੀ ਲੋਕ ਧੋਖਾ ਖਾ ਗਏ, ਇਹ ਸਿੱਖੀ ਦੇ ਮਸਲੇ 'ਤੇ ਲੋਕਾਂ ਨੇ ਕਿਸੇ ਪੱਖ 'ਤੇ ਕਦੇ ਵੀ ਧੋਖਾ ਨਹੀਂ ਖਾਣਾ ਅਤੇ ਨਾ ਧੋਖਾ ਕਦੇ ਖਾਧਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਦੇਖੋ ਮੈਂ ਤਾਂ ਹੀ ਕਿਹਾ ਵੀ ਸਿੱਖ ਇਤਿਹਾਸ 'ਚ ਅੱਜ ਕਾਲਾ ਦਿਨ ਆ, 103 ਸਾਲ ਦੇ ਵਿੱਚ ਪਹਿਲੀ ਵਾਰੀ ਇਸ ਐਕਟ ਨੂੰ ਪੰਜਾਬ ਦੇ ਐਕਟ ਵਿੱਚ ਲਾਗੂ ਕਰਨਾ, ਅਤੇ ਪਰ ਜਿੰਨੀ ਕੁ ਮੈਨੂੰ ਜਾਣਕਾਰੀ ਆ ਜਿਹੜੀ ਅਮੈਂਡਮੈਂਟ ਸੀ ਉਹ ਪਹਿਲਾਂ ਪੇਸ਼ ਕਰਤੀ, ਐਕਟ ਬਾਅਦ 'ਚ ਪੇਸ਼ ਕੀਤਾ। ਸੋ ਇੱਦਾਂ ਮੰਨ ਲਓ ਕਿੰਦੇ ਢੰਗ ਦੇ ਨਾਲ ਇਹ ਪਹਿਲਾ ਹਮਲਾ ਆ ਜਿਹੜਾ ਕਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰਨਾ, ਇਹ ਤਾਂ ਫਿਰ ਇੱਕ ਲੀਗਲ ਤੌਰ ਦੇ ਉੱਤੇ ਸਾਡੀ ਇੰਟੈਗਰਿਟੀ ਆ, ਸਾਡਾ ਇੱਕ ਆਪਣਾ ਮਰਿਆਦਾ ਆ ਜਿਹਦੇ ਤਹਿਤ ਅਸੀਂ ਚੋਣ ਹੁੰਦੇ ਸਾਂ। ਦੂਸਰੀ ਗੱਲ ਕਿ ਮੈਂ ਤਾਂ ਹੈਰਾਨ ਹਾਂ ਵੀ ਕਿੱਧਰ ਨੂੰ ਜਾ ਰਹੇ ਆ ਇਹ, ਵੀ ਜੀ ਐਕਟਿੰਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹੁਣ ਐਕਟਿੰਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਵਾਨਗੀ ਚੰਡੀਗੜ੍ਹੋਂ ਲਊਗਾ? ਸਾਡੀ ਤਾਂ ਸਾਲ ਬਾਅਦ ਚੋਣ ਹੁੰਦੀ ਆ ਅਹੁਦੇਦਾਰਾਂ ਦੀ, ਅਤੇ ਡਿਊ ਕੋਰਸ ਆਫ ਲਾਅ ਹੁੰਦੀ ਆ, ਉਹਦੀ ਬਕਾਇਦਾ ਹੋਮ ਮਿਨਿਸਟਰੀ ਨੋਟੀਫਿਕੇਸ਼ਨ ਕਰਦੀ ਆ। ਅਤੇ ਮੇਰਾ ਕਹਿਣ ਤੋਂ ਭਾਵ ਵੀ ਅੰਦਰਲੀ ਕਈ ਵਾਰੀ ਭਾਵਨਾ ਜਿਹੜੀ ਬਾਹਰ ਨੂੰ ਪਲਮ ਰਹੀ ਆ ਵੀ ਉਹ ਵੀ ਜੀ ਐਕਟਿੰਗ ਜਥੇਦਾਰ ਜਿਹੜਾ ਉਹਨੂੰ ਰਿਮੂਵ ਕੀਤਾ ਅਤੇ ਐਕਟਿੰਗ ਪ੍ਰਧਾਨ ਨੇ,
ਇਹ ਕਿਹੋ ਜਿਹੀਆਂ ਪਿਰਤਾਂ ਪਾ ਰਹੇ ਜਾਂ ਕਿਹੜੀ ਪਾਸੇ ਨੂੰ ਰਾਹ ਜਾ ਰਹੇ ਐਕਟਿੰਗ ਪ੍ਰੈਜ਼ੀਡੈਂਟ ਦੀ ਗੱਲ ਵੱਖਰੀ ਅੱਜ ਉਹਨਾਂ ਦਾ ਜੇ ਭਾਸ਼ਣ ਸੁਣੀ ਉਹਨਾਂ ਨੇ ਤੁਹਾਡੀ ਵਕਾਲਤ ਦੇ ਉੱਤੇ ਵੀ ਸਵਾਲ ਖੜਾ ਕੀਤਾ ਕਿ ਮੈਨੂੰ ਤਾਂ ਉਹਦੇ ਤੇ ਵੀ ਸ਼ੱਕ ਹੈ ਦੇਖੋ ਹੁਣ ਮੈਂ ਸਰਟੀਫਿਕੇਟ ਭਗਵੰਤ ਮਾਨ ਤੋਂ ਨਹੀਂ ਲੈਣਾ ਮੈਨੂੰ 42-41 ਸਾਲ ਹੋ ਗਏ ਆ ਜਿਹਨਾਂ ਨੇ ਉਹਨੂੰ ਰਾਇ ਦਿੱਤੀ ਆ ਉਹ ਰਾਇ ਦੇ ਬਾਰੇ ਵੀ ਛੇਤੀ ਤੁਹਾਡੇ ਸਾਹਮਣੇ ਆ ਜਾਣੀਆਂ ਕਈ ਵਾਰੀ ਮਨੁੱਖ ਨੂੰ ਆਪਣੀ ਅਕਲ 'ਤੇ ਮਾਣ ਹੁੰਦਾ ਪਰ ਇਹ ਗੁਰੂ ਘਰ ਦੀ ਮਰਿਆਦਾ ਆ ਇੱਥੇ ਮੈਂ ਪਹਿਲਾਂ ਵੀ ਕਿਹਾ ਸੀ ਮੱਥੇ ਲਾਉਣ ਵਾਲੇ ਨੀਵੇਂ ਹੋ ਕੇ ਆਉਣ ਵਾਲੇ ਗੁਰੂ ਘਰ ਜਸ ਲੈ ਕੇ ਜਾਂਦੇ ਆ ਮੱਥੇ ਲਾਉਣ ਵਾਲੇ ਮੱਥਿਆਂ ਨੂੰ ਭਨਾ ਕੇ ਜਾਂਦੇ ਆ ਉਹ ਮੱਥਿਆਂ 'ਤੇ ਸੱਟਾਂ ਖਾ ਕੇ ਜਾਂਦੇ ਆ ਇਸ ਕਰਕੇ ਅਭਿਮਾਨੀ ਨਹੀਂ ਹੋਣਾ ਚਾਹੀਦਾ ਸੇਵਾਦਾਰ ਹੋਣਾ ਚਾਹੀਦਾ ਅਸੀਂ ਹਰ ਇੱਕ ਪੱਖ ਕਰਾਂਗੇ ਗਵਰਨਰ ਨੂੰ ਵੀ ਅਪਰੋਚ ਕਰਾਂਗੇ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਸੀਰੀਅਸਲੀ ਕਰਾਂਗੇ ਅਤੇ ਅਸੀਂ ਆਪਣੇ ਤੌਰ 'ਤੇ ਇੱਥੇ ਅਸੀਂ ਆਪਣੇ ਤੌਰ 'ਤੇ ਵੀ ਸੁਚੇਤ ਹਾਂ ਹਾਂਜੀ ਚਲੋ ਉਹਨਾਂ ਦੀ ਆਪਣੀ ਉਸ ਮਰਿਆਦਾ ਦੇ ਬਾਰੇ ਨਹੀਂ ਮੈਂ ਬੋਲਣਾ ਕਿਉਂਕਿ ਉਹਨਾਂ ਦੀ ਆਪਣੀ ਸਰਕਾਰੀ ਪੱਕੀ ਲੜਾਈ ਆ ਦੇਖੋ ਬੇਨਤੀ ਇਹ ਆ ਵੀ ਘਰ ਦਾ ਭੇਤੀ ਲਾਂਕਾ ਢਾਵੇ ਕਿਉਂਕਿ ਕਈ ਵਾਰੀ ਏਦਾਂ ਹੋ ਜਾਂਦੀ ਵੀ ਜਿਹੜੇ ਉੱਥੇ ਦੇ ਸਿੱਖ ਸੀ ਵਿਚਾਰੇ ਉਹ ਕਈ ਵਾਰੀ ਤੁਸੀਂ ਸਰਦਾਰ ਨਰਿੰਦਰ ਸਿੰਘ ਜੀ ਮੇਰੇ ਤੋਂ ਵੱਧ ਜਾਣਦੇ ਹਾਂ ਉਹ ਵੀ ਇੱਕ ਵੱਡਾ ਧੱਕਾ ਹੋਇਆ ਅਤੇ ਅੱਜ ਸ਼ਾਇਦ ਉਹਨੂੰ ਲਾਗੂ ਕਰਨ ਵਾਲੇ ਉਹ ਵੀ ਮਗਰਮੱਛ ਦੇ ਹੰਝੂ ਵਹਾ ਰਹੇ ਆ ਉਹ ਵੀ ਜਿਸ ਢੰਗ ਦੇ ਨਾਲ ਅਤੇ ਜਿਸ ਤਰ੍ਹਾਂ ਸੋਚਿਆ ਗਿਆ ਸੀ ਵੀ ਸਰਕਾਰ ਜਿਹੜੀ ਆ ਕਹਾਂ ਉਹ ਸਿੱਖ ਜਿਹੜੇ ਆ ਸਾਡੀ ਮਦਦ ਕਰਨਗੇ ਅਤੇ ਮੇਰਾ ਖਿਆਲ ਜਿੰਨਾ ਖਿਲਾਰਾ ਹਰਿਆਣੇ 'ਚ ਖੜਕ ਮੈਂ ਪਹਿਲਾਂ ਉਦਣ ਵੀ ਕਿਹਾ ਸੀ ਵੀ ਕਿਸੇ ਸੰਸਥਾ ਦੇ ਪ੍ਰਧਾਨ 'ਤੇ ਪਾਊਡਰ ਦੇ ਐਲੀਗੇਸ਼ਨ ਲੱਗਣ ਅਤੇ ਫਿਰ ਉਹ ਸਿੱਖ ਕਿਰਦਾਰ ਦੀ ਇੱਕ ਕਹਿ ਸਕਦੇ ਵੀ ਨਸਲਕੁਸ਼ੀ ਆ ਨਾ ਵੀ ਜੇ ਸੰਸਥਾ ਦਾ ਪ੍ਰਧਾਨ ਉਹਨੂੰ ਕਹਿਣ ਜੀ ਉਹ ਤਾਂ ਪਾਊਡਰ ਖਾਂਦਾ ਇਹ ਤਾਂ ਜੀ ਆਪਣੇ ਡੋਡੇ ਖਾਂਦਾ ਇਹ ਫੀਮਾ ਖਾਂਦਾ ਅਤੇ ਉਹਨੂੰ ਫਿਰ ਮੌਲਿਕ ਤੌਰ 'ਤੇ ਰਹਿਣ ਦਾ ਕੋਈ ਅਧਿਕਾਰ ਨਹੀਂ ਪਰ ਉਹ ਰੱਖੀ ਬੈਠੇ ਆ ਕਿਉਂਕਿ ਦੋਵੇਂ ਪਾਖਿਆ ਇੱਕ ਤਾਂ ਉਹਨਾਂ ਦਾ ਆਗਿਆਕਾਰ ਆ ਦੂਆ ਅਗਲੇ ਕਹਿੰਦੇ ਤਾਂ ਕੀ ਹੋਇਆ ਕਰੈਕਟਰ ਅਸੈਸੀਨੇਸ਼ਨ ਸਿੱਖਾਂ ਦੀ ਹੁੰਦੀ ਆ ਚਲੋ ਇਹ ਤਾਂ ਹੁਣ ਕਿਉਂਕਿ ਹੁਣ ਤਾਂ ਅਣਖ ਗੈਰਟ ਦੀ ਗੱਲ ਬਣ ਗਈ ਜੀ ਹੁਣ ਤਾਂ ਕਿਉਂਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੁਣੌਤੀ ਬਣੀ ਵਾ ਚਲੋ ਕਈਆਂ ਦਾ ਸੁਭਾਅ ਹੁੰਦੇ ਸਾਨੂੰ ਤਾਂ ਸੁਭਾਅ ਹੀ ਮਿਲਿਆ ਇਹ ਇੱਦਾਂ ਦੇ ਕਰਨ ਚੱਕਰਾਂ ਦਾ ਸੁਭਾਅ ਹੀ ਮਿਲਿਆ ਸਾਨੂੰ ਨਹੀਂ ਫਿਰ ਜੇ ਅੱਗੇ ਲਾਉਣ ਦੀ ਗੱਲ ਅੱਗੇ ਤਾਂ ਅਸੀਂ ਲੱਗੇ ਹੋਈ ਹਾਂ ਅਤੇ ਧਰਮ ਪ੍ਰਚਾਰ ਮੇਰੀ ਬੇਨਤੀ ਸੁਣੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦਾ ਧਰਮ ਪ੍ਰਚਾਰ ਦਾ ਇੱਕ ਵਿੰਗ ਆ ਔਰ ਧਰਮ ਪ੍ਰਚਾਰ ਵਾਲੇ ਹਰ ਇੱਕ ਪੱਖ ਤੋਂ ਮੈਂ ਤਾਂ ਕਹਿੰਦਾ ਚਾਹੇ ਵਿੱਦਿਆ ਬੱਚਿਆਂ ਦੀ ਐਜੂਕੇਸ਼ਨ ਧਾਰਮਿਕ ਆ ਚਾਹੇ ਪ੍ਰਚਾਰ ਅਤੇ ਪ੍ਰਸਾਰ ਦੀ ਗੱਲ ਆ ਚਾਹੇ ਅਮਰ ਸੰਚਾਰ ਦੀ ਗੱਲ ਆ ਹੁਣ ਮੈਂ ਪੁੱਛਦਾ ਵੀ ਇਹ ਹੁਣ ਸਰਟੀਫਿਕੇਟ ਸਰਕਾਰਾਂ ਕੋਲੋਂ ਲਵਾਂਗੇ ਅਸੀਂ ਵੀ ਅਸੀਂ ਕੀ ਧਰਮ ਪ੍ਰਚਾਰ ਕਰਨਾ ਇਹਦਾ ਬੌਡੀ ਇਸ ਕੰਮ ਨੂੰ ਬਣੀ ਆ ਸਾਡਾ 20-22 ਹਜ਼ਾਰ ਮੁਲਾਜ਼ਮ ਆ ਜਿਹੜਾ ਹਰ ਇੱਕ ਤਨਦੇਹ ਦੇ ਨਾਲ ਆਪਣਾ ਕੰਮ ਕਰਦਾ ਕਈ ਵਾਰੀ ਮੈਂ ਜਿੱਦਾਂ ਪਹਿਲਾਂ ਵੀ ਕਿਹਾ ਕਈ ਵਾਰੀ ਕੋਈ ਢਲਿਆਈ ਵਾਲੇ ਵੀ ਆ ਜਾਂਦੇ ਆ ਪਰ ਹੁਣ ਅਸੀਂ ਇਹਨਾਂ ਤੋਂ ਥੋੜ੍ਹਾ ਪੁੱਛਾਂਗੇ ਵੀ ਅਸੀਂ ਧਰਮ ਪ੍ਰਚਾਰ ਕਰਨਾ ਇਹ ਤਾਂ 103 ਸਾਲ ਦਾ ਲਗਾਤਾਰ ਚੱਲਦਾ ਭਗਵੰਤ ਮਾਨ ਹੁਣ ਜੋਤਸ਼ੀ ਵੀ ਆ ਅਸੀਂ ਮੈਂ ਪਹਿਲਾਂ ਸ਼ੁਰੂਆਤ ਕੀਤੀ ਸੀ ਇਹ ਮੇਰਾ ਖਿਆਲ ਆਪਣੇ ਮਹਿਤਾ ਸਾਹਿਬ ਉਸ ਕਮੇਟੀ ਦੇ ਮੈਂਬਰ ਆ ਅਸੀਂ ਬੈਠ ਕੇ ਮੈਂ ਉਹ ਸਾਰੇ ਇੱਕ ਦਿਨ ਸਾਰਾ ਕੱਢ ਲਿਆ ਸੀ ਸ਼ਾਇਦ ਇਹਨਾਂ ਨੂੰ ਇਸ ਗੱਲ ਦੀ ਧੁਸਕ ਲੱਗ ਗਈ ਸੀ ਵੀ ਇਹ ਸਾਰਾ ਕੁਛ ਠੀਕ ਹੋਣ ਵਾਲਾ ਆ ਇਹ ਤੋਂ ਪਹਿਲਾਂ ਹੀ ਹਮਲਾ ਕਰ ਦਈਏ ਤਾਂ ਕਿ ਅਸੀਂ ਕਹੀਏ ਜੀ ਵੀ ਅਸੀਂ ਕਰਵਾਉਣ ਵਾਲੇ ਹਾਂ ਧਰਮ ਦੇ ਫੈਸਲੇ ਆ ਧਰਮ ਦੇ ਫੈਸਲੇ ਜ਼ੋਰ ਅਜਮਾਈ ਨਾਲ ਨਹੀਂ ਹੁੰਦੇ ਨਿਮਰਤਾ ਨਾਲ ਹੁੰਦੇ ਆ ਅਸੀਂ ਸਬ ਕਮੇਟੀ ਬਣਾਈ ਸੀ ਅਸੀਂ ਵੀ ਅੱਖਾਂ ਖੋਲ੍ਹ ਕੇ ਤੁਰੇ ਫਿਰਦੇ ਹਾਂ ਇੱਕੋ ਹੀ ਗੱਲ ਦੇ ਨਾਲ ਕੱਢੀ ਜਾਂਦੇ ਸਾਡਾ ਕੀ ਇੰਟਰਸਟ ਆ ਜੇ ਪਹਿਲਾਂ ਉਹ ਐਗਰੀਮੈਂਟ ਹੋ ਗਿਆ ਹੁਣ ਐਗਰੀਮੈਂਟ ਤੋਂ ਬਾਅਦ ਦੇਖਦੇ ਅਸੀਂ ਕੀ ਕਰਦੇ ਹਾਂ ਅਤੇ ਐਗਰੀਮੈਂਟ ਹਾਲੇ ਸਮਾਪਤ ਹੋਣ ਤੋਂ ਇੱਕ ਮਹੀਨਾ ਪਹਿਲਾਂ ਕੀ ਜ਼ੋਰ ਪੈ ਗਿਆ ਸੀ ਉਹ ਜ਼ੋਰ ਇਹੋ ਪੈ ਗਿਆ ਸੀ ਵੀ ਚੀਚੀ ਨੂੰ ਲਹੂ ਲਾਵਾਂ ਅਤੇ ਲੋਕਾਂ 'ਚ ਆਵਾ ਖੱਟ ਲਵਾਂ ਰਾਜਨੀਤਿਕ ਤੌਰ ਦੇ ਉੱਤੇ ਬੁਲੰਦੀਆਂ 'ਤੇ ਇੱਦਾਂ ਨਹੀਂ ਪਹੁੰਚਿਆ ਜਾਂਦਾ ਰਾਜਨੀਤਿਕ ਤੌਰ 'ਤੇ ਤੁਹਾਨੂੰ 93 ਸੀਟਾਂ ਦਿੱਤੀਆਂ ਰਾਜਨੀਤੀ ਦੀ ਗੱਲ ਕਰੋ ਹਾਂਜੀ ਅਸੀਂ ਹੁਣ ਇਹ ਸਬ ਕਮੇਟੀ ਰਿਪੋਰਟ ਸਬਮਿਟ ਕਰੂਗੀ
ਉਹ ਤੋਂ ਬਾਅਦ ਫਿਰ ਅਸੀਂ ਫੈਸਲਾ ਕਰਾਂਗੇ ਕੀ ਕਰਨਾ ਇਹ ਸਾਡੇ ਆਪਣੇ ਅਧਿਕਾਰ ਦੇ ਵਿੱਚ ਆ। ਗੁਰਬਾਣੀ ਦਾ ਪ੍ਰਚਾਰ ਮਨੁੱਖ ਦੇ ਕਰੈਕਟਰ ਜਾਂ ਮਨੁੱਖ ਦੀ ਸਰੀਰਕ ਬਣਤਰ ਲਈ ਵੀ ਹੁੰਦਾ ਤੇ ਮੈਂ ਪੁੱਛਣਾ ਚਾਹੁੰਦਾ ਵੀ ਉਹ ਸਰੀਰਕ ਬਣਤਰ ਦੇ ਵਿੱਚ ਕੋਈ ਅੰਮ੍ਰਿਤਧਾਰੀ ਕੈਬਨਿਟ ਦੇ ਵਿੱਚ ਹੈਗਾ? ਅੱਜ ਇੱਕ ਸੀਗਾ ਜਿਹੜਾ ਵਿਚਾਰਾ ਚਲੋ ਉਹਦੀ ਮਜਬੂਰੀ ਬਣ ਜਾਂਦੀ ਆ ਭਾਈ ਅੱਜ ਉਹ ਵੀ ਸਰਕਾਰ ਦੇ ਹੱਕ 'ਚ ਬੋਲ ਰਿਹਾ ਅਤੇ ਬਾਕੀ ਦੇਖ ਲਓ ਨਿਗਾਹ ਮਾਰ ਕੇ ਫਿਰ ਗੁਰਬਾਣੀ ਦਾ ਮਨੁੱਖ ਦੇ ਆਤਮਕ ਬਲ ਨੂੰ ਵੀ ਅਤੇ ਸਰੀਰਕ ਬਲ ਨੂੰ ਕਰਦੀ ਆ ਅਤੇ ਸਰੀਰਕ ਬਲ ਫਿਰ ਖੰਡੇ ਬਾਟੇ ਦੀ ਬੋਲ ਵੀ ਮੰਗਦਾ ਅਤੇ ਆਪਾਂ ਸਾਰੀਆਂ ਦੇਖੋ ਮੇਰੀ ਗੱਲ ਸੁਣੋ ਮੈਂ ਕਿਸੇ ਨੂੰ ਕੋਸਦਾ ਨਹੀਂ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਸਿੱਖ ਨੂੰ ਹੰਬਲ ਹੋਣ ਦਾ ਨਿਮਰਤਾ ਵਿੱਚ ਰਹਿਣ ਦਾ ਸੰਦੇਸ਼ ਦਿੱਤਾ ਸੀ। ਮੈਂ ਵਾਰ ਵਾਰ ਇਸ ਗੱਲ 'ਤੇ ਜ਼ੋਰ ਕਰ ਰਿਹਾ ਕਿ ਪਿਰਤ ਜਿਹੜੀ ਪਈ ਆ ਇਹ ਘਾਤਕ ਆ ਸਿੱਖਾਂ ਦੇ ਹਿੱਤਾਂ 'ਚ ਨਹੀਂ ਗੀ ਬਿਲਕੁਲ। ਇਹ ਅੱਜ ਨਹੀਂ ਤਾਂ ਕੱਲ੍ਹ ਇਹਨਾਂ ਨੂੰ ਇਸ ਬਾਰੇ ਸ਼ਰਮਸ਼ਾਰ ਹੋਣਾ ਪਊਗਾ, ਪਛਤਾਵਾ ਕਰਨਾ ਪਊਗਾ। ਦੇਖੋ ਬੇਨਤੀ ਇਹ ਆ, ਪਹਿਲੀ ਗੱਲ ਤਾਂ ਇਹ ਆ ਵੀ ਅਸੀਂ ਕੋਈ 21 ਨਹੀਂ ਸੀ ਫਾਈਨਲ ਰੱਖੀ ਵੀ 21 ਨੂੰ ਅਸੀਂ ਸਾਰਾ ਕੁਛ ਕਰਨਾ ਚੰਨ ਮਨਾਰਾ, ਉਹ ਤੋਂ ਪਹਿਲਾਂ ਅਸੀਂ ਫੈਸਲੇ ਕਰ ਲੈਣੇ ਸੀ। ਪਰ ਉਹਨਾਂ ਦਾ ਕਿਉਂਕਿ 21 ਨਾਲ ਸੀਗਾ ਅਸੀਂ ਆਪਣੇ ਦੌਰ ਦੇ ਉੱਤੇ ਕੀ ਕਰਨਾ ਤੁਹਾਨੂੰ ਉਹ ਵੀ ਫੈਸਲਾ ਆ ਜਾਊਗਾ। ਸਬ ਕਮੇਟੀ ਨੇ ਆਪਣੀ ਰਿਪੋਰਟ ਦੇਣੀ ਸੀ, ਉਹਨੂੰ ਫਿਰ ਅਸੈਪਟ ਕਰਨਾ ਸੀ, ਅਸੀਂ ਫਿਰ ਐਗਜੈਕਟਿਵ 'ਚ ਜਾਣੀ ਸੀ, ਫਿਰ ਉਹਦੀ ਰਿਪੋਰਟ ਸਿੰਘ ਸਾਹਿਬ ਨੂੰ ਜਾਣੀ ਆ ਅਤੇ ਉਹ ਅਸੀਂ ਸਾਰਾ ਜਿੰਨਾ ਕੁ ਇਹਨਾਂ ਨੇ ਸੂਤ ਕੱਤਣਾ ਸੀ ਕੱਤ ਲਿਆ ਆ। ਨਹੀਂ ਕੋਈ ਨਹੀਂ, ਕੋਈ ਕੋਈ ਸਮਾਂ ਨਹੀਂ, ਕੋਈ ਮੇਰੀ ਬੇਨਤੀ ਮੇਰੀ ਬੇਨਤੀ ਸੁਣੋ, ਬੇਨਤੀ ਬੇਨਤੀ ਸੁਣ ਲਓ ਅੰਮ੍ਰਿਤਪਾਲ ਜੀ, ਤੁਹਾਡਾ ਵੀ ਵਾਹ ਬਹੁਤ ਵਧੀਆ ਰਹਿੰਦਾ ਹਰ ਵੇਲੇ। ਇਹ ਜਿਹੜਾ ਕਾਰਜ ਆ ਸਬ ਕਮੇਟੀ ਨੇ ਅੱਧ ਪਛਾਧ ਕਰ ਲਿਆ, ਜਿਹੜਾ ਰਹਿੰਦਾ ਆ ਉਹ ਅਸੀਂ ਕਰ ਲੈਣਾ, ਫਿਰ ਸਾਨੂੰ ਪਤਾ ਲੱਗ ਜੂਗਾ ਤੁਹਾਡੇ ਰੂਪ ਸਾਰਾ ਕੁਛ ਹੋਈ ਜਾਣਾ। ਦੇਖੋ ਇਹ ਪੀ ਟੀ ਸੀ ਵਾਲੇ ਉਹਦਾ ਜਵਾਬ ਦੇ ਸਕਦੇ ਆ, ਜੇ ਮੈਂ ਦਊਂਗਾ ਕਹਿਣਾ ਪੀ ਟੀ ਸੀ ਦੀ ਕਰਦਾ, ਪਰ ਪੀ ਟੀ ਸੀ ਨੇ ਕਿਹਾ ਆ ਵੀ ਕੋਈ ਇੱਕ ਸਰਟੀਫਿਕੇਟ ਦੇ ਦਿਓ ਤੇ ਅਸੀਂ 1 ਕਰੋੜ ਰੁਪਇਆ ਇਨਾਮ ਦੇਵਾਂਗੇ। ਇਹ ਮੇਰੇ ਹਾਲੇ ਜਾਣਕਾਰੀ ਚਾਹੀਦੀ। ਚਲੋ।